ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਦੇ ਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਅਹਿਮ ਖਬਰ ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫਸਲ ਨਹੀਂ ਵੇਚ ਸਕਣਗੇ ਨਹੀਂ ਮਿਲੇਗਾ ਐਮਐਸਪੀ ਜੀ ਹਾਂ ਦੋਸਤੋ ਚੋਨੇ ਦੇ ਸੀਜ਼ਨ ਦੇ ਦੌਰਾਨ ਦੂਜੇ ਸੂਬਿਆਂ ਤੋਂ ਸਮੈਗਲਿੰਗ ਦੇ ਰਾਹੀਂ ਪੰਜਾਬ ਆਉਣ ਵਾਲੇ ਚੋਨੇ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਤੇ ਹੁਣ ਕਿਸਾਨ ਵੀ ਆਪਣੀ ਜ਼ਮੀਨ ਦੀ ਔਸਤ ਤੋਂ ਉਪਰ ਦੇ ਵੱਧ ਚੋਨਾ ਜਾਂ ਹੋਰ ਫਸਲ ਨਹੀਂ ਵੇਚ ਸਕਣਗੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨਾਂ ਤੇ ਔਸਤ ਤੋਂ ਫਸਲ ਦੀ ਕੰਪਿਊਟਰ ਦੇ ਵਿੱਚ ਐ ਰਜਿਸਟਰੀ ਕਰ ਦਿੱਤੀ ਹੈ ਕਿ ਕੰਪਿਊਟਰ ਔਸਤ ਤੋਂ ਵੱਧ ਫਸਲ ਦਾ ਡਾਟਾ ਨਹੀਂ ਚੁਕੇਗਾ ਜੇ ਜੋ ਨਾ ਜਾਦਾ ਮਿਲਿਆ ਤਾਂ ਐਮਐਸਪੀ ਰਾਤ ਕਰ ਦਿੱਤਾ ਜਾਵੇਗਾ ਤੇ ਮਿਲਿੰਗ ਆਪੋਰਸੀ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾ ਰਹੇ ਤੇ ਝੋਨਾ ਲਿਜਾਣ ਵਾਲੇ ਵਾਹਨਾਂ ਦੇ ਵਿੱਚ ਲੱਗੇ ਜੀਪੀਐਸ ਐ ਇਲੈਕਟ੍ਰਿਕ ਮੀਟਰਾਂ ਤੇ ਕੈਮਰੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ ਤੇ ਪੰਜਾਬ ਮੰਡੀ ਬੋਰਡ ਨੇ 82485 ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਦਾ ਪੂਰਾ ਰਿਕਾਰਡ ਦਰਜ ਕਰਵਾ ਲਿਆ ਤੇ ਇਹ ਪ੍ਰਕਿਰਿਆ ਹਜੇ ਵੀ ਜਾਰੀ ਹੈ ਤੇ ਐਸ ਆ ਰਜਿਸਟ੍ਰੇਸ਼ਨ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਗਿਰਦਾਬਰੀ ਆਦਿ ਦੇ ਬੇਰਬੇ ਸ਼ਾਮਲ ਹਨ ਟੋਲ ਪਲਾਜ਼ਾ ਹਟਾਉਣ ਨੂੰ ਲੈ ਕੇ 17 ਦਿਨਾਂ ਤੋਂ ਪੱਕਾ ਧਰਨਾ ਜਾਰੀ ਦਿੱਲੀ ਮੋਰਚੇ ਬਾਂਗ ਸੜਕ ਤੇ ਬੰਨ ਲੱਗੇ ਘਰ ਤਾਂ ਦੋਸਤੋ ਪਿੰਡ ਚੀਮਾ ਤੇ ਨੇੜੇ ਬਨੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਅਡਕੌਂਦਾ ਦਾ ਚੱਲ ਰਿਹਾ ਮੋਰਚਾ 17ਵੇਂ ਦਿਨ ਵੀ ਦਾਖਲ ਹੋ ਗਿਆ ਹੈ ਤੇ ਇਸ ਮੌਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਟੋਲ ਪਲਾਜ਼ੇ ਦੀ ਜਗਾ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਕਰਦੀ ਹੈ ਕਿ ਪਿਛਲੇ 17 ਦਿਨਾਂ ਤੋਂ ਕਿਸਾਨਾਂ ਦੇ ਵੱਲੋਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਤੇ ਇਥੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾ ਪਰਚੀ ਕੱਟੇ ਲੰਘਾਏ ਜਾ ਰਿਹਾ ਤੇ ਪ੍ਰਦਰਸ਼ਨਕਾਰੇ ਕਿਸਾਨ ਦਾ ਕਹਿਣਾ ਹੈ ਕਿ ਇਹ ਟੋਲ ਨੀਮਾ ਦੇ ਖਿਲਾਫ ਗਲਤ ਜਗ੍ਹਾ ਤੇ ਬਣਿਆ ਹੈ ਤੇ ਇਹਦੇ ਲਈ ਬਦਲ ਕੇ ਟੋਲ ਪਲਾਜੇ ਨੂੰ ਮੋਗਾ ਰੋਡ ਤੇ ਕੀਤਾ ਜਾਵੇ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਮੋਰਚੇ ਦੀ ਤਰਜ਼ ਦੇ ਉੱਤੇ ਇੱਥੇ ਵੀ ਪੱਖੇ ਕੂਲਰ ਲਿਆਂਦੇ ਗਏ ਹਨ ਤੇ ਹੋਰ ਤਾਂ ਹੋਰ ਕਿਸਾਨਾਂ ਦੇ ਵੱਲੋਂ ਘਾਰ ਬਣਾਉਣ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੋਲ ਪੁਲਾਜੇ ਦੀ ਥਾਂ ਨੂੰ ਬਦਲਿਆ ਨਹੀਂ ਜਾਂਦਾ ਉਦੋਂ ਸਮੇਂ ਤੱਕ ਧਰਨਾ ਜਾਰੀ ਰਹੇਗਾ 7 ਦਿਨਾਂ ਦੇ ਵਿੱਚ ਨਵਾਂ ਬਿਜਲੀ ਕਨੈਕਸ਼ਨ ਨਾ ਲੱਗਾ ਤਾਂ ਸਬੰਧਤ ਕਰਮਚਾਰੀਆਂ ਅਧਿਕਾਰੀਆਂ ਦੇ ਖਿਲਾਫ ਹੋਵੇਗੀ ਵਿਭਾਗੀ ਕਾਰਵਾਈ ਜੀਹਾਂ ਦੋਸਤੋ ਪਾਵਰਕਾਮ ਦੇ ਕਈ ਕਰਮਚਾਰੀ ਅਤੇ ਅਧਿਕਾਰੀ ਕਨੈਕਸ਼ਨ ਜਾਰੀ ਕਰਨ ਦੇ ਵਿੱਚ ਬਿਨਾਂ ਵਜ੍ਹਾ ਦੇਰੀ ਕਰਦੇ ਹਨ ਤੇ ਜਿਸ ਕਾਰਨ ਖਪਤਕਾਰਾਂ ਨੂੰ ਦਫ਼ਤਰਾਂ ਦੇ ਵਿੱਚ ਚੱਕਰ ਕੱਟਣ ਦੇ ਲਈ ਮਜਬੂਰ ਹੋਣਾ ਪੈਂਦਾ ਤੇ ਨਵਾਂ ਕਨੈਕਸ਼ਨ ਜਾਰੀ ਕਰਨ ਨੂੰ ਲੈ ਕੇ ਰੈਸ਼ਬਤ ਦੀ ਮੰਗ ਵੀ ਰੱਖੀ ਜਾਂਦੀ ਹੈ ਤੇ ਜੇਕਰ ਖਪਤਕਾਰ ਰੈਸ਼ਬਤ ਦੇਣ ਤੋਂ ਮਨਾ ਕਰਦਾ ਹੈ ਤਾਂ ਉਹਦੇ ਕਨੈਕਸ਼ਨ ਨੂੰ ਮਹੀਨਿਆਂ ਤੱਕ ਲਟਕਾਇਆ ਜਾਂਦਾ ਹੈ ਐਸੇ ਸਬੰਧ ਦੇ ਵਿੱਚ ਪਾਵਰਕਾਮ ਦੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਰਹਿੰਦੀਆਂ ਹਨ ਤੇ ਹੁਣ ਵਿਭਾਗ ਨੇ ਰੈਸ਼ਬਤ ਦੀ ਨਕੇਲ ਕੱਸਣ ਦੇ ਲਈ ਜ਼ਰੂਰੀ ਕਦਮਾਂ ਚੁੱਕੇ ਹਨ ਤੇ ਜਿਸ ਦੇ ਨਾਲ ਖਪਤਕਾਰ ਨੂੰ ਰਾਹਤ ਮਿਲੇਗੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਵਿਭਾਗ ਨੇ ਸਰਕਾਰੀ ਨੰਬਰ 964675770 ਜਾਰੀ ਕੀਤਾ ਹੈ ਤੇ ਜਿਹੜਾ ਕਿ ਭ੍ਰਿਸ਼ਟਾਚਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਉੱਪਰਲੀ ਕਮਾਈ ਤੇ ਰੋਕ ਲਾਵੇਗਾ ਤੇ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰੇਲੂ ਜਾਂ ਕਮਰਸ਼ੀਅਲ ਕਨੈਕਸ਼ਨ ਅਪਲਾਈ ਕਰਨ ਵਾਲੇ ਖਾਤ ਕਰਤਾ ਦਾ ਨਵਾਂ ਕਨੈਕਸ਼ਨ ਜਾਂ ਲੋਡ ਐਕਸਟੈਂਸ਼ਨ 7 ਦਿਨਾਂ ਦੇ ਅੰਦਰ ਨਹੀਂ ਹੁੰਦਾ ਤਾਂ ਉਕਤ ਨੰਬਰ ਤੇ ਐਸਐਮਐਸ ਜਾਂ ਵਟਸਐਪ ਤੋਂ ਸ਼ਿਕਾਇਤ ਕਰੋ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ 4 ਦਿਨ ਦੀ ਡਿਊਟੀ 3 ਦਿਨ ਦੀ ਛੁੱਟੀ ਪੀਐਫ ਜਾਦਾ ਹੱਥਾਂ ਦੇ ਵਿੱਚ ਤਨਖਾਹ ਘਟਾ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ ਦੇ ਵਿੱਚ ਸਰਕਾਰ ਜੀਹਾਂ ਦੋਸਤੋ ਕੇਂਦਰ ਸਰਕਾਰ ਦੇ ਦੇ ਵਿੱਚ ਨਵਾਂ ਲੇਬਰ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਰੋਜ਼ਗਾਰ ਪ੍ਰਾਪਤ ਲੋਕਾਂ ਦੇ ਕੰਮ ਕਾਜੀ ਜੀਵਨ ਨੂੰ ਬਦਲਣ ਦੇ ਲਈ ਸਰਕਾਰ ਇੱਕ ਨਵਾਂ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਹਾਲਾਂਕਿ ਦੇਸ਼ ਦੇ ਵਿੱਚ ਨਵਾਂ ਲੇਬਰ ਕੋਡ ਕਦੋਂ ਲਾਗੂ ਹੋਵੇਗਾ ਇਸ ਬਾਰੇ ਹਜੇ ਕੋਈ ਜਬੀ ਸਪਸ਼ਟ ਨਹੀਂ ਹੈ ਪਰ ਇਹ ਜਕੀਨੀ ਹੈ ਕਿ ਇਸ ਨੂੰ ਲਾਗੂ ਜ਼ਰੂਰ ਕੀਤਾ ਜਾਵੇਗਾ ਨਮਾ ਕੋਡ ਲਾਗੂ ਹੋਣ ਤੋਂ ਬਾਅਦ ਹਫਤਾਵਾਰੀ ਛੁੱਟੀ ਤੋਂ ਤਨਖਾਹ ਲੈਣ ਵਾਲੇ ਦੀ ਤਨਖਾਹ ਦੇ ਵਿੱਚ ਬਦਲਾਅ ਹੋਵੇਗਾ ਤੇ ਕੰਪਨੀਆਂ ਨੂੰ ਆਪਣੀ ਕੰਮਕਾਜੀ ਰਣਨੀਤੀ ਬਦਲਣੀ ਪੈ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਲਚਕਦਾਰ ਕੰਮ ਸਥਾਨ ਅਤੇ ਲਚਕਦਾਰ ਕੰਮ ਦੇ ਘੰਟੇ ਪਵੈਖਦਿਆਂ ਲੋੜਾਂ ਹਨ ਤੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਾਰੇ ਰਾਜ ਇੱਕੋ ਸਮੇਂ ਨਵੇਂ ਲੇਬਰ ਕੋਡ ਲਾਗੂ ਕਰਨ ਤੇ ਇਹ ਸੰਕਲਪ ਲੋਕਾਂ ਦੇ ਨਿੱਜੀ ਜੀਵਨ ਤੇ ਕੰਮ ਦੇ ਵਿਚਕਾਰ ਸੰਤੁਲਨ ਦੇ ਲਈ ਲਿਆਇਆ ਜਾ ਰਿਹਾ ਤੇ ਚਾਰ ਨਵੇਂ ਲੇਬਰ ਕੋਡ ਨਵੇਂ ਲੇਬਰ ਕੋਡ ਵੇਤਨ ਸਮਾਜਿਕ ਸੁਰੱਖਿਆ ਉਦਯੋਗਿਕ ਸੰਬੰਧ ਅਤੇ ਕਿਤਾ ਮੁਖੀ ਸੁਰੱਖਿਆ ਦੇ ਨਾਲ ਸੰਬੰਧਤ ਹਨ ਤੇ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਧ ਚਰਚਾ ਤਨ ਦਿਨਾਂ ਦੀ ਹਫਤਾਵਾਰੀ ਛੁੱਟੀ ਆ ਤੇ ਨਵੇਂ ਲੇਬਰ ਕੋਡ ਆ ਤਿੰਨ ਛੁੱਟੀਆਂ ਤੇ ਚਾਰ ਕਾਮਕਾਜੀ ਦਿਨ ਪ੍ਰਦਾਨ ਕਰਦਾ ਹਾਲਾਂਕਿ ਕੰਮ ਦੇ ਘੰਟੇ ਵਧਣਗੇ ਤੇ ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਤੁਹਾਨੂੰ ਦਫ਼ਤਰ ਦੇ ਵਿੱਚ 12 ਘੰਟੇ ਕੰਮ ਕਰਨਾ ਪਵੇਗਾ ਕੋਲ ਮਿਲਾ ਕੇ ਤੁਹਾਨੂੰ ਹਫਤੇ ਦੇ ਵਿੱਚ 48 ਘੰਟੇ ਕੰਮ ਕਰਨਾ ਪੈਂਦਾ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਤਿੰਨ ਦਿਨ ਦੇ ਹਫ਼ਤਾਬਰੀ ਛੁੱਟੀ ਮਿਲੇਗੀ ਜਰਮਨੀ ਪਹੁੰਚੇ ਭਗਵੰਤ ਮਾਨ ਰੋਜ਼ਗਾਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਐਤਵਾਰ ਨੂੰ ਜਰਮਨੀ ਵਿੱਚ ਵਪਾਰਕ ਮੇਲੇ ਵਿੱਚ ਹਿੱਸਾ ਲੈਣ ਦੇ ਲਈ ਸ਼ਹਿਰ ਮਿਊਨਿਕਾ ਪਹੁੰਚੇ ਹਨ ਇਧਰੋਂ ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਰਮਨੀ ਦੇ ਨਾਲ ਪੰਜਾਬ ਦੀ ਵਪਾਰਕ ਸਾਂਝ ਦੇ ਵਿੱਚ ਭਾਰੀ ਵਾਧਾ ਹੋਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਜਾਣਕਾਰੀ ਦੇ ਅਨੁਸਾਰ ਦੱਸ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਸਤੰਬਰ 2022 ਤੋਂ 18 ਸਤੰਬਰ 2022 ਤੱਕ ਜਰਮਨੀ ਦੌਰੇ ਦੇ ਉੱਤੇ ਹੰਤੇ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਦੇ ਪ੍ਰੋਗਰਾਮ ਦੇ ਸਬੰਧੀ ਮੁੱਖ ਮੰਤਰੀ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਦੇ ਵਾਫਤ ਦੀ ਅਗਵਾਈ ਕਰਨਗੇ ਜਿਨ੍ਹਾਂ ਦੇ ਬਲੋ ਜਰਮਨੀ ਦੇ ਵਿਖੇ ਬਰਲਨ 프੍ਰੈਂਕਫਰਟ ਅਤੇ ਮਿਊਨਿਕ ਵਿਖੇ ਜਰਮਨ ਸਨਤਕਾਰਾਂ ਤੇ ਵਪਾਰੀਆਂ ਦੇ ਨਾਲ ਮੀਟਿੰਗਾਂ ਦੇ ਪ੍ਰੋਗਰਾਮ ਕਰਨੇ ਹਨ ਜੇਕਰ ਜੋਗਾ ਕਿ ਮੁੱਖ ਮੰਤਰੀ ਦੇ ਬਾਦੂ ਮੌਕਸ ਕਾਤਰ ਵੈਨੂ ਪਰਸ਼ਾਦ ਵੀ ਕੁਝ ਸਮਾਂ ਪਹਿਲਾਂ ਹੀ ਜਰਮਨੀ ਗਏ ਸੀ 22 ਸਤੰਬਰ ਤੋਂ ਬੰਦ ਹੋ ਜਾਵੇਗਾ ਇਹ ਬੈਂਕ ਗਾਕ ਨਹੀਂ ਕਢਵਾ ਸਕਣਗੇ ਪੈਸੇ ਰਿਜ਼ਰਵ ਬੈਂਕ ਨੇ ਦਿੱਤੀ ਵੱਡੀ ਜਾਣਕਾਰੀ ਜੀहां ਦੋਸਤੋ ਬੈਂਕ ਦੇ ਵਿੱਚ ਖਾਤੇ ਰੱਖਣ ਵਾਲੇ ਕਰੋੜਾ ਗਾਕਾਂ ਦੇ ਲਈ ਵੱਡੀ ਖਬਰ ਹੈ ਜੇ ਤੁਹਾਡਾ ਵੀ ਬੈਂਕ ਦੇ ਵਿੱਚ ਖਾਤਾ ਹੈ ਤਾਂ ਜਾਣ ਲਵੋ ਕਿ ਭਾਰਤੀ ਰਿਜ਼ਰਵ ਬੈਂਕ ਜਲਦ ਹੀ ਕਿਸ ਬੈਂਕ ਨੂੰ ਬੰਦ ਕਰਨ ਜਾ ਰਿਹਾ ਤੇ ਆਰਬੀਆਈ ਦੇ ਵੱਲੋਂ ਬੈਂਕ ਦੇ ਲਈ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਦਾ ਹਰ ਕਿਸੇ ਨੂੰ ਪਾਲਣ ਕਰਨਾ ਪੈਂਦਾ ਹੈ ਨਾਲ ਹੀ RBI ਬੈਂਕਾਂ ਦੇ ਲਈ ਹਰ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਵੀ ਤਿਆਰ ਕਰਦਾ ਹੈ ਦੱਸ ਰਿਹਾ ਹੈ ਕਿ ਹੁਣ ਤੱਕ RBI ਨੇ ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੇ ਲਾਇਸੈਂਸ ਰੱਦ ਕੀਤੇ ਹਨ ਅਤੇ ਨਾਲ ਹੀ ਹੁਣ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਹੋਰ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫੈਸਲਾ ਕੀਤਾ ਹੈ RBI ਦੇ ਇਸ ਫੈਸਲੇ ਤੋਂ ਬਾਅਦ ਇਹ ਬੈਂਕ 22 ਸਤੰਬਰ ਯਾਨੀ ਕਿ ਐਸਮੀ ਨੇ ਤੋਂ ਬੰਦ ਹੋ ਜਾਵੇਗਾ ਅਗਸਤ ਵਿੱਚ RBI ਨੇ ਪੂਨੇ ਸਤਤ ਰੂਪੀ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਈਸੈਂਸਰ ਅਦਕਾਰਨ ਦਾ ਫੈਸਲਾ ਕੀਤਾ ਹੈ ਦੱਸ ਰਿਹਾ ਹੈ ਕਿ ਆਰਬੀ ਦੇ ਫੈਸਲੇ ਤੋਂ ਬਾਅਦ ਇਸ ਬੈਂਕ ਦੀਆਂ ਬੈਂਕਿੰਗ ਸੇਵਾਵਾਂ 22 ਸਤੰਬਰ ਤੋਂ ਬੰਦ ਹੋ ਜਾਣਗੀਆਂ ਤੇ ਇਹ ਉਹਨਾਂ ਸਾਰੇ ਗਾਹਕਾਂ ਦੇ ਲਈ ਅਹਿਮ ਖਬਰ ਹੈ ਜਿਨ੍ਹਾਂ ਦਾ ਇਸ ਬੈਂਕ ਦੇ ਵਿੱਚ ਪੈਸਾ ਹੈ ਉਸ ਤੋਂ ਪਹਿਲਾਂ ਤੁਸੀਂ ਪੈਸਾ ਕਢਵਾ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪੈਸਾ ਕਢਵਾਉਣ ਤੇ ਮਨਾਹੀ ਹੋਵੇਗੀ ਕਿਉਂਕਿ 22 ਸਤੰਬਰ ਤੋਂ ਬੈਂਕਿੰਗ ਸੇਵਾਵਾਂ ਦੇ ਉੱਪਰ ਪਾਬੰਦੀ ਲੱਗ ਜਾਵੇਗੀ ਰਾਸ਼ਨ ਕਾਰਡ ਦੇ ਕਰੋੜਾਂ ਲਾਭਪਾਤਰੀਆਂ ਦੇ ਲਈ ਵੱਡੀ ਖਬਰ ਸਰਕਾਰ ਨੇ ਜਾਰੀ ਕੀਤੀ ਇਹ ਸੂਚੀ ਦੇਖੋ ਆਪਣਾ ਨਾਂ ਤਾਂ ਦੋਸਤੋ ਰਾਸ਼ਨ ਕਾਰਡ ਰੱਖਣ ਵਾਲੇ ਕਰੋੜਾਂ ਲਾਭਪਾਤਰੀਆਂ ਦੇ ਲਈ ਖੁਸ਼ਖਬਰੀ ਹੈ ਜੇ ਤੁਸੀਂ ਵੀ ਸਸਤੇ ਰਾਸ਼ਨ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਰਕਾਰ ਦੇ ਵੱਲੋਂ ਨਵੀਂ ਸੂਚੀ ਜਾਰੀ ਕੀਤੀ ਗਿਆ ਹੈ ਇਸ ਦੇ ਲਈ ਤੁਹਾਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਨਾਮ ਸੂਚੀ ਵਿੱਚ ਹੈ ਜਾਂ ਨਹੀਂ ਜੇ ਤੁਹਾਡਾ ਨਾਮ ਸੂਚੀ ਵਿੱਚ ਹੈ ਤਾਂ ਤੁਸੀਂ ਮੁਫਤ ਰਾਸ਼ਨ ਸਣੇ ਕਈ ਵਿਸ਼ੇਸ਼ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਵੀ ਰਾਸ਼ਨ ਕਾਰਡ ਧਾਰਕ ਹੋ ਤੇ ਤੁਸੀਂ ਰਾਸ਼ਨ ਕਾਰਡ ਦੇ ਲਈ ਅਰਜੀ ਦਿੱਤੀ ਆ ਤਾਂ ਤੁਸੀਂ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੁਆਰਾ ਰਾਸ਼ਨ ਕਾਰਡ ਧਾਰਕਾਂ ਦੀ ਸੂਚੀ 2022 ਜਾਰੀ ਕੀਤੀ ਗਿਆ ਜਿਸ ਦੇ ਵਿੱਚ ਅਰਜੀ ਦੇਣ ਵਾਲੇ ਲਾਭਪਾਤਰੀਆਂ ਦੇ ਨਾਮ ਦਿੱਤੇ ਗਏ ਹਨ ਜੇ ਤੁਸੀਂ ਆਪਣਾ ਨਾਮ ਇਸ ਸੂਚੀ ਵਿੱਚ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਸਰਕਾਰ ਦੁਆਰਾ ਦਿੱਤੀਆਂ ਗਈਆਂ ਮੁਫਤ ਹਸੂਲਤਾ ਦੇ ਯੋਗ ਹੋ ਸਕਦੇ ਹੋ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਜਾਂ ਕੰਪਿਊਟਰ ਦੇ ਵਿੱਚ ਚੈੱਕ ਕਰ ਸਕਦੇ ਹੋ ਆਓ ਤੁਹਾਨੂੰ ਦੱਸ ਦਿਆ ਕਿ ਤੁਸੀਂ ਸੂਚੀ ਦੇ ਵਿੱਚ ਨਾਮ ਦੀ ਜਾਂਚ ਕਿਵੇਂ ਕਰ ਸਕਦੇ ਹੋ ਤੁਸੀਂ ਐਨ ਐਫ ਐਸ اے ਦੀ ਅਧਿਕਾਰਤ ਵੈਬਸਾਈਟ ਐਨ ਐਫ ਐਸ اے .gov.in ਤੇ ਜਾਣਾ ਹੋਵੇ ਚੀਨੀ ਵਾਇਰਸ ਨੇ ਬਰਬਾਦ ਕੀਤਾ ਚੋਨਾ 45 ਤੋਂ 50000 ਰੁਪਏ ਪ੍ਰਤੀ ਏਕੜ ਨੁਕਸਾਨ ਜੀ ਹਾਂ ਦੋਸਤੋ ਚੀਨੀ ਵਾਇਰਸ ਜਿੱਥੇ ਪਹਿਲਾਂ ਇਨਸਾਨੀ ਜਾਨਾਂ ਲੈ ਰਿਹਾ ਤੇ ਹੁਣ ਇਸ ਦੇਸ਼ ਤੋਂ ਆਏ ਨਵੇਂ ਵਾਇਰਸ ਨੇ ਫਸਲਾਂ ਬਰਬਾਰ ਕਰ ਦਿੱਤੀਆਂ ਹਨ ਤੇ ਚਾਇਨਾ ਵਾਇਰਸ ਨਾਮਕ ਇਸ ਘਾਤਕ ਬਿਮਾਰੀ ਨੇ ਲੱਖਾਂ ਦਾ ਨੁਕਸਾਨ ਕਿਸਾਨਾਂ ਦਾ ਕੀਤਾ ਹੈ ਤੇ ਕਿਸਾਨਾਂ ਨੂੰ ਖੇਤ ਦੇ ਵਿੱਚ ਖੜੀ ਆਪਣੀ ਝੋਨੇ ਦੀ ਫਸਲ ਦੇ ਉੱਪਰ ਟਰੈਕਟਰ ਚਲਾਉਣਾ ਪਿਆ ਤੇ ਸਮਰਾਲਾ ਦੇ ਪਿੰਡ ਢੋਡਰਪੁਰ ਦੇ ਵਿੱਚ ਦੋ ਕਿਸਾਨਾਂ ਦੀ ਆਪਣੀ ਕਰੀਬ 15 ਏਕੜ ਫਸਲ ਬਾਹੀ ਹੈ ਤਾਂ ਕਿਸਾਨਾਂ ਨੂੰ 45 ਤੋਂ ਲੈ ਕੇ 50000 ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ ਜਲੰਧਰ ਚੋਂ ਖਰਾਕੀ ਤੇਲ ਦੀਆਂ ਕੀਮਤਾਂ ਡਿੱਗੀਆਂ ਤਿਹਾੜਿਆਂ ਦੇ ਸੀਜ਼ਨ ਤੋਂ ਪਹਿਲਾਂ ਖਾਫਤਕਾਰਾਂ ਨੂੰ ਮਿਲੀ ਵੱਡੀ ਰਾਹਤ ਜੀਹਾਂ ਦੋਸਤੋ ਤਿਹਾੜੀ ਸੀਜ਼ਨ ਤੋਂ ਪਹਿਲਾਂ ਘਰੇਲੂ ਖਾਫਤਕਾਰਾਂ ਨੂੰ ਮਗਾਈ ਤੋਂ ਵੱਡੀ ਰਾਹਤ ਮਿਲੀ ਹੈ ਪਿਛਲੇ 1 ਮਹੀਨੇ ਦੇ ਵਿੱਚ ਤੇਲ ਦੀਆਂ ਕੀਮਤਾਂ ਵਿੱਚ 15 ਤੋਂ 40% ਦੀ ਕਮੀ ਆਈ ਹੈ ਕਿ ਹੋਰ ਫਾਇਡ ਅਤੇ ਪਾਮ ਆਇਲ ਦੇ ਨਾਲ ਨਾਲ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਰਾਵਟ ਨੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਦਿੱਤੀ ਹੈ ਥੋਕ ਵਪਾਰੀਆਂ ਦੇ ਅਨੁਸਾਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਸਰੋਂ ਅਤੇ ਕਪਾਹ ਦੀ ਚੰਗੀ ਪੈਦਾਵਾਰ ਦੇ ਕਾਰਨ ਸਬਜ਼ੀਆਂ ਦੇ ਉਤਪਾਦ ਪ੍ਰਭਾਵਿਤ ਹੋਏ ਹਨ ਤੇ ਇਸ ਤੋਂ ਇਲਾਵਾ ਸੋਇਆਬੀਨਾਂ ਤੇ ਪਾਮ ਆਇਲ ਦੀ ਭਾਰੀ ਆਮਦ ਦੇ ਕਾਰਨ ਹੀਟਾਂ ਕੀਮਤਾਂ ਆ ਚੁੱਕੀਆਂ ਹਨ ਤੇ ਥੋਕ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਰਫਾਈਨਡ ਪੈਕੇਟ 1 ਲੀਟਰ ਦੀਆਂ ਕੀਮਤਾਂ ਵਿੱਚ 50 ਰੁਪਏ ਤੱਕ ਦੀ ਕਮੀ ਆਈ ਹੈ ਤੇ 71 ਪਾਮ ਆਇਲ ਤੇ ਕੋਹਾਉਦੀਆਂ ਕੀਮਤਾ ਵਿੱਚ ਵੀ 45 ਰੁਪਏ ਤੋਂ ਲੈ ਕੇ 50 ਰੁਪਏ ਪ੍ਰਤੀ ਪੈਕੇਟ ਦੀਆਂ ਕੀਮਤਾਂ ਢੇਠ ਆ ਚੁੱਕੀਆਂ ਹਨ। ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਸੰਦੀਪ ਕੇਕੜੇ ਦੇ ਭਰਾ ਬਿੱਟੂ ਵੀ ਕਾਬੂ ਸਿੱਧੂ ਦੀ ਕੀਤੀ ਸੀ ਰੇਕੀਤਾ ਦੋਸਤੋ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਇਸ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਪੁਲਿਸ ਨੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਨੇ ਬੇਟੂ ਨੂੰ ਹਰਿਆਣਾ ਤੋਂ ਕਾਬੂ ਕੀਤਾ ਤੇ ਬਿੱਟੂ ਤੇ ਵੀ ਮੂਸੇਵਾਲਾ ਦੀ ਰੇਕੀ ਕਰਨ ਦਾ ਇਲਜ਼ਾਮ ਹੈ ਤੇ ਬਿੱਟੂ ਲੋਰੈਂਸ ਦੇ ਨਾਲ ਜੇਲ੍ਹ ਦੇ ਵਿੱਚ ਵੀ ਰਹਿ ਚੁੱਕਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੇਕੜੇ ਦੇ ਨਾਲ ਬਿੱਟੂ ਵੀ ਰੇਕੀ ਕਾਰਜ ਤੇ ਲੰਬੇ ਸਮੇਂ ਤੋਂ ਪੁਲਿਸ ਨੂੰ ਇਸ ਦੀ ਪਾਲ ਕੀਤੀ ਜਾ ਰਹੀ ਤੇ ਸੀਆਈਏ ਦੇ ਇੰਚਾਰਜ ਪਿਰਤਪਾਲ ਸਿੰਘ ਨੇ ਹਰਿਆਣਾ ਦੇ ਡੱਬ ਵਾਲੀ ਤੋਸ ਨੂੰ ਗ੍ਰਿਫਤਾਰ ਕੀਤਾ ਤੇ ਸੂਤਰਾਂ ਦੇ ਅਨੁਸਾਰ ਪ੍ਰਿਆ ਵਰਤ ਫੌਜੀ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਲੋਰੈਂਸ ਦੇ ਨਾਲ ਜੇਲ੍ਹ ਦੇ ਵਿੱਚ ਵੀ ਰਿਹਾ ਸੀ ਭਾਰਤੀ ਸਟੇਟ ਬੈਂਕ ਦੇ ਵਿੱਚ ਬੰਪਰ ਅਸਾਮੀਆਂ ਇੰਜ ਕਰੋ ਅਪਲਾਈ ਜੀहां ਦੋਸਤੋ ਭਾਰਤੀ ਸਟੇਟ ਬੈਂਕ ਜਾਨੀ ਕਿ SBI ਦੇ ਵਿੱਚ ਕਲੈਰੀਕਲ ਕਾਡਰ ਦੇ ਵਿੱਚ ਜੂਨੀਅਰ ਅਸਿਸਟੈਂਟ ਦੀਆਂ ਅਸਾਮੀਆਂ ਦੇ ਲਈ ਅਰਜ਼ੀਆਂ ਮੰਗ ਰਿਆ ਤੇ ਇਸ ਭਾਰਤੀ ਮੁਹਿੰਮ ਦੇ ਰਾਹੀਂ ਕੋਲ 478 ਬੈਕਲੌਗ ਆਸਾਮੀਆਂ ਤੇ 5008 ਖਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ SBI ਦੇ ਅਧਿਕਾਰਤ ਵੈਬਸਾਈਟ bank.sbi slash careers ya sbi.co.in ਦੇ ਰਾਹੀਂ ਅਰਜੀ ਦੇ ਸਕਦੇ ਹਨ ਹੁਸ਼ਿਆਰਪੁਰ ਵਿਖੇ ਐਸਆਈ ਸतीश ਕੁਮਾਰ ਦੀ ਖੁਦਕੁਸ਼ੀ ਦਾ ਮਾਮਲਾ ਭਖਿਆ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਕੀਤਾ ਇਨਕਾਰ ਜੀ ਹਾਂ ਦੋਸਤੋ ਹੁਸ਼ਿਆਰਪੁਰ ਵਿਖੇ ਹਰਿਆਣਾ ਪੁਲਿਸ ਥਾਣੇ ਦੇ ਬੱਚ ਐਸਆਈ ਸतीश ਕੁਮਾਰ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਗਰਮਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਸतीश ਕੁਮਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਤੇ ਸतीश ਕੁਮਾਰ ਦੇ ਭਰਾ ਗੁਲਸ਼ਨ ਕੁਮਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਦੋਂ ਤੱਕ ਉਹ ਸतीश ਕੁਮਾਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਕੋਈ ਐਸਐਚਓ ਓਮਕਾਰ ਸਿੰਘ ਦੇ ਖਿਲਾਫ ਕੋਰ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਸतीश ਕੁਮਾਰ ਦੇ ਵੱਲੋਂ ਮਰਨ ਤੋਂ ਪਹਿਲਾਂ ਐਸਐਚਓ ਓਮਕਾਰ ਸਿੰਘ ਦੇ ਵਿਰੁੱਧ ਜੋ ਵੀਡੀਓ ਜਾਰੀ ਕਰਕੇ ਬਿਆਨ ਦਿੱਤਾ ਗਿਆ ਹੈ ਉਹਦੇ ਆਧਾਰ ਤੇ ਧਾਰਾ 17300 17300 ਦੇ ਤਹਿਤ ਐਸਐਚਓ ਦੇ ਮੁਕੱਦਮਾ ਦਰਜ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਹਿਮਾਚਲ ਦੀਆਂ ਔਰਤਾਂ ਨੂੰ ਆਪ ਦੀ ਗਰੰਟੀ ਸਰਕਾਰ ਬਣ ਤੇ 18 ਸਾਲ ਤੋਂ ਬਾਅਦ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ ਤਾਂ ਦੋਸਤੋ ਸੁਦੋਸ਼ੀ ਨੇ ਕਹਿ ਕੇ ਬਹੁਤ ساری ਔਰਤਾ ਘਰੇਲੂ ਔਰਤਾ ਹੰਤੇ ਪ੍ਰਤੀ ਦੀ ਆਮਦਨ ਇੰਨੀ ਨਹੀਂ ਹੈ ਕਿ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਆਸਮਰਾਂ ਤੇ ਅਜਾਹੀ ਹਾਲਤ ਦੇ ਵਿੱਚ ਉਹ ਉਦਾਸ ਰਹਿਣ ਲੱਗ ਜਾਂਦੀਆਂ ਹਨ ਤੇ ਕਈ ਵਾਰ 부ਜਾਰਗਾਔਰਤਾਵਚਨੀਆਂ ਦੀਆਂ ਇੱਛਾਵਾਂ ਵੀ ਪੂਰੀਆਂ ਨਹੀਂ ਕਰ ਪਾਉਂਦੀਆਂ ਤੇ ਭ੍ਰਸ਼ਟਾਚਾਰ ਨੂੰ ਰੋਕ ਕੇ ਅਸੀਂ ਇਸਦੇ ਲਈ ਪੈਸਾ ਲੈ ਕੇ ਆਵਾਂਗੇ ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ